ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਮਹਿੰਗਾਈ ਦੇ ਦੌਰ ਦੇ ਅੰਦਰ ਸਾਰੀ ਆਵਾਮ ਦੀਆਂ ਚੀਖਾਂ ਨਿਕਲੀਆਂ ਹਨ ਬਿਜਲੀ ਦੇ ਹਵਾਲੇ ਨਾਲ। ਇੱਕ ਤਾਂ ਬਿਜਲੀ ਦੀ ਲੋਡ ਸ਼ੈਡਿੰਗ ਜਿਹੜੀ ਹੈ ਸਾਰੇ ਕੋਲ ਇਹ ਬਹੁਤ ਜ਼ਿਆਦਾ ਹੈ, ਉਸ ਤੋਂ ਇਲਾਵਾ ਬਿੱਲ ਇਤਨੇ ਭਾਰੀ ਹੋ ਚੁੱਕੇ ਨੇ, ਯਾਨੀ ਬਿੱਲਾਂ ਦੇ ਉੱਤੇ ਇਤਨੇ ਟੈਕਸ ਲੱਗ ਚੁੱਕੇ ਨੇ ਕਿ ਅਸੀਂ ਤੁਹਾਨੂੰ ਦੱਸ ਵੀ ਨਾ ਸਕਦੇ। ਇਸ ਵਾਸਤੇ ਰੋਜ਼ਾਨਾ ਸਾਨੂੰ ਆਵਾਮ ਮਿਲਦੀ ਹੈ ਔਰ ਉਹ ਇਹੀ ਗੱਲ ਕਰੀ ਕਿ ਯਾਰ ਸਾਡੇ ਵਾਸਤੇ ਇੱਕ ਵੀਡੀਓ ਜਿਹੜਾ ਨਾ, ਇੱਕ ਤਾਂ ਲੋਕਾਂ ਦੇ ਛੋਟੇ ਛੋਟੇ ਬੱਚੇ ਨੇ, ਬਜ਼ੁਰਗ ਨੇ ਉਸ ਗਰਮੀ ਤੋਂ, ਕਿਉਂਕਿ ਸਾਡੇ ਕੋਲ ਤਾਂ ਸੋਲਰ ਲੱਗੋ ਹੈ। ਤਰੀਨ ਸਾਹਿਬ ਨੇ ਇੱਥੇ ਜਗੀਰ ਤਰੀਨ ਸਾਹਿਬ ਨੇ ਇੱਥੇ ਸੋਲਰ ਲਾਇਆ, ਉਸ ਸੋਲਰ ਦੇ ਬਾਵਜੂਦ ਵੀ ਅਗਰ ਬਿਜਲੀ ਦੀ ਲੋਡ ਸ਼ੈਡਿੰਗ ਹੋਵੇ ਤਾਂ ਇਲਾਕੇ ਨੂੰ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਇਲਾਕੇ ਨਾਲ ਦਿਨਾਂ ਪਹਿਲੇ ਐਗਰੀਮੈਂਟ ਕੀਤਾ ਕਿ ਤੁਹਾਡੇ ਸ਼ਹਿਰਾਂ ਦੀ ਕੋਟ ਦੀ ਬਿਜਲੀ ਜਿਹੜੀ ਹੈ ਨਾ ਜੋ 24 ਘੰਟੇ ਰਾ ਸੀ, ਲੇਕਿਨ 24 ਤੋਂ ਮੇਰੇ ਸਮਝ 8-10 ਘੰਟੇ ਬਿਜਲੀ ਰੋਜ਼ਾਨਾ ਕੱਟੀ ਦੇਣ। ਸਾਨੂੰ ਸਮਝ ਇਹ ਨਹੀਂ ਆਉਂਦੀ ਵੀ ਸੋਲਰ ਦੇ ਹੋਣ ਦੇ ਬਾਵਜੂਦ ਵੀ ਅਗਰ ਬਿਜਲੀ ਸਾਨੂੰ ਨਹੀਂ ਲੱਭਦੀ, ਸਾਨੂੰ ਇੱਥੇ ਸੋਲਰ ਲਵਾਉਣ ਦਾ ਜਾਂ ਇਲਾਕੇ ਦੇ ਵਿੱਚ ਜਿਹੜਾ ਨਾ 200 ਏਕੜ ਉੱਤੇ ਇੱਕ ਸੋਲਰ ਲੱਗੋ ਹੈ, ਆਵਾਮ ਨੂੰ ਤਾਂ ਕੋਈ ਬੈਨੀਫਿਟ ਨਹੀਂ, ਉਹ ਬਿਜਲੀ ਕਿਹੜੇ ਪਾਸੇ ਵੇਂਦੀ ਹੈ। ਬਟ ਬਿੱਲ ਬਿਜਲੀ ਦੇ ਇਤਨੇ ਬਾਰੇ ਹਨ ਕਿ ਗਰੀਬ ਆਦਮੀ ਜਿਹੜਾ 700-800 ਰੁਪਈਆ ਦਿਹਾੜੀ ਕਰੀਂਦਾ ਸਵੇਰ ਤੋਂ ਸ਼ਾਮ ਤਾਈਂ, ਅਗਰ ਉਹ ਰਾਤੀ ਸਕੂਨ ਦੀ ਨੀਂਦਰ ਵੀ ਨਹੀਂ ਕਰ ਸਕਦਾ ਤਾਂ ਮੇਰੇ ਖਿਆਲ 'ਚ ਇੱਥੇ ਰਹਿਣ ਦਾ ਵੱਧ ਕੋਈ ਫਾਇਦਾ ਨਹੀਂ ਹੈ। ਟੈਕਸ ਵੀ ਦੇਵੇ, ਬਿਜਲੀ ਦੇ ਭਾਰੇ ਬਿੱਲ ਵੀ ਭਰੇ ਅਤੇ ਰਾਤੀ ਸਕੂਨ ਦੀ ਨੀਂਦਰ ਵੀ ਨਾ ਸਮੇ, ਅਤੇ ਨੀਂਹ ਦੇ ਵਿੱਚ ਜਿਹੜੀ ਗਰਮੀ ਦੀ ਇਸ ਟਾਈਮ ਥਲ ਦੀ ਸ਼ਿੱਦਤ ਹੈ ਨਾ ਗਰਮੀ ਦੀ, ਉਹ ਤੁਹਾਡੀ ਬਰਦਾਸ਼ਤ ਤੋਂ ਵੀ ਬਾਹਰ ਹੈ। ਪਾਰਲੀਮੈਂਟ ਦੇ ਅੰਦਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਏਸੀ ਨੂੰ ਉਹਨਾਂ ਉੱਤੇ ਬਾਸਕਿਟ ਔਰ ਵਿਸਕੋਟ ਔਰ ਕੋਟ ਪਾ ਕੇ ਉਹ ਵਹਿੰਦੇ, ਉਹਨਾਂ ਨੂੰ ਸਰਦੀ ਲੱਗਦੀ ਹੈ। ਆਵਾਮ ਵਿਚਾਰੀ ਉੱਤੇ ਇਤਨਾ ਬੋਝ ਤੁਸੀਂ ਦੇ ਦਿੱਤਾ ਹੈ, ਕਮ ਅਜ਼ ਕਮ ਤੁਸਾਂ ਇੱਕ ਮਜ਼ਦੂਰ ਆਦਮੀ ਜਿਹੜਾ ਇਸ ਕੜਕ ਦੀ ਧੁੱਪ ਦੇ ਵਿੱਚ ਇਤਨੇ ਟੈਂਪਰੇਚਰ ਦੇ ਵਿੱਚ ਉਹ ਮਜ਼ਦੂਰੀ ਕਰੀਦਾ ਹੈ, ਅਤੇ ਸ਼ਾਮ ਤੋਂ ਬਾਅਦ ਉਹਦੀ ਜਿਸ ਟਾਈਮ ਨੀਂਦਰ ਦਾ ਟਾਈਮ ਹੁੰਦਾ ਹੈ, ਸਾਰੀ ਦਿਹਾੜ ਥੱਕੋ ਹੁੰਦਾ ਹੈ, ਕਿਉਂਕਿ ਇਤਨਾ ਇਤਨਾ ਮੋਟਾ ਮੋਟਾ ਦਿੱਤੇ ਮੱਛਰ ਹੈ। ਔਰ ਖੁਦਾ ਦਾ ਖੌਫ ਕਰੋ, ਔਰ ਇਦਾਰੇ ਨੂੰ ਚਾਹੀਦਾ ਹੈ, ਮਹਿਕਮੇ ਨੂੰ ਚਾਹੀਦਾ ਹੈ, ਵਾਵੜਾ ਨੂੰ ਚਾਹੀਦਾ ਹੈ ਕਿ ਕੁਝ ਨਾ ਕੁਝ ਖੁਦਾ ਦੇ ਖੌਫ ਤੋਂ ਡਰੋ। ਅੱਲਾ ਦੀ ਲਾਠੀ ਬੜੀ ਬੇਅਵਾਜ਼ ਹੈ, ਇਹ ਨਾ ਹੋਵੇ ਕਿ ਨਹੀਂ ਕਿਆਮਤ ਨੂੰ ਤੁਹਾਡੇ ਕੋਲ ਹਿਸਾਬ ਮਖਲੂਕ ਤਾਂ ਨਾ ਦਿੱਤਾ ਮੰਜੀ, ਜਿਹੜੀ ਸੂਰਤ ਹਾਲ ਤੁਸਾਂ ਰੱਖੀ ਹੋਈ ਹੈ, ਉਹਦੀ ਵਜ੍ਹਾ ਇਹ ਕਿ ਆਵਾਮ ਕਿਹੜੇ ਪਾਸੇ ਮੰਜੀ। ਇਸ ਟਾਈਮ ਲੋਕਾਂ ਦੇ ਅਖਰਾਜਾਤ ਇਤਨੇ ਹੋ ਚੁੱਕੇ ਨੇ ਵੀ ਸਮਝ ਤੋਂ ਬਾਅਦ, ਅਗਰ ਮੋਬਾਈਲ ਦਾ ਲੋਡ ਕਰੇ ਤਾਂ ਉਹਦੇ ਵਿੱਚ ਤੁਸਾਂ ਦੱਸੋ ਜੀ ਉਹਦੇ ਵਿੱਚ ਟੈਕਸ ਹੈ, ਚੀਨੀ ਗਿਣਦੇ ਨੇ, ਪੱਤੀ ਗਿਣਦੇ ਨੇ, ਕੱਪੜੇ ਗਿਣਦੇ ਨੇ, ਜੁੱਤੀਆਂ ਗਿਣਦੀਆਂ, ਯਾਨੀ ਕੋਈ ਚੀਜ਼ ਵੀ ਅਗਰ ਗਰੀਬ ਆਦਮੀ ਖਰੀਦਣਾ ਚਾਹੁੰਦਾ ਤਾਂ ਮੇਰੇ ਖਿਆਲ ਵਿੱਚ ਅਗਰ ਮਜ਼ਦੂਰ ਦੀ ਮਜ਼ਦੂਰੀ ਦੇ ਹਿਸਾਬ ਨਾਲ ਤਾਂ 800 ਰੁਪਈਆ ਉਹਦੀ ਦਿਹਾੜੀ ਹੈ, 800 ਦੇ ਵਿੱਚ ਉਹ ਚੀਨੀ ਗਿੰਨੇ, ਘਿਓ ਗਿੰਨੇ, ਪੱਤੀ ਗਿੰਨੇ, ਮਿਰਚਾਂ ਗਿੰਨੇ, ਲਹਿਸਣ ਗਿੰਨੇ, ਪਿਆਜ਼ ਗਿੰਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਗਿੰਨੇ। ਬੱਚੇ ਲੋਕਾਂ ਦੇ ਬੁੱਖ ਤੋਂ ਤੜਪਦੇ ਪਏ, ਉਹ ਦਵਾਈ ਗਿੰਨੇ ਨੇ। ਅੱਲਾ ਮਾਫ਼ ਕਰੇ ਅਗਰ ਕਿਸੇ ਦਾ ਡਿਲੀਵਰੀ ਦਾ ਕੇਸ ਹੈ ਤਾਂ ਉਹ 60-70 ਹਜ਼ਾਰ ਅਤੇ 80 ਹਜ਼ਾਰ ਅਤੇ ਡਾਕਟਰ ਜਿਹੜਾ ਨਾ ਜੀ, ਡਾਕਟਰ ਤਾਂ ਮੇਰੇ ਨਾਲ ਆਖਣਾ ਹੀ ਨਾ ਚਾਹੁੰਦਾ, ਮੇਰੇ ਨਾਲ ਕਸਾਈ ਆਖਣਾ ਚਾਹੁੰਦਾ, ਜਿਹਨਾਂ ਦੇ ਵਿੱਚ ਖੌਫ ਖੁਦਾ ਰਿਹਾ ਹੀ ਕੋਈ ਨਹੀਂ। ਕਮ ਅਜ਼ ਕਮ 5-10 ਹਜ਼ਾਰ ਜਾਂ 20 ਹਜ਼ਾਰ ਰੁਪਈਆ ਟੋਟਲ ਅਖਰਾਜਾਤ ਉਸ ਨੇ ਦਿੱਤੇ। ਜਿਹੜਾ ਬੰਦਾ ਹੁਣ 60-80 ਹਜ਼ਾਰ ਲੱਖ ਰੁਪਈਆ ਡਿਲੀਵਰੀ ਦਾ ਫਰੀਦਾ ਪਿਆ, ਤਾਂ ਇਸ ਤੋਂ ਹੋਰ ਉੱਤੇ ਉੱਤੇ ਜ਼ੁਲਮ ਦਾ ਕਿਹੜਾ ਪਹਾੜ ਡਾਉਣਾ ਹੈ। ਖੁਦਾਰਾ ਹਕੂਮਤ ਨੂੰ ਚਾਹੀਦਾ ਹੈ ਵੀ ਕੁਝ ਨਾ ਕੁਝ ਜਿਹੜਾ ਨਾ ਜੀ ਗਰੀਬ ਆਵਾਮ ਦਾ ਖਿਆਲ ਕਰੋ, ਇਹ ਨਾ ਹੋਵੇ ਕਿ ਅੱਲਾ ਤਾਲਾ ਦੀ ਪੱਕੜ ਵੀ ਬਹੁ ਡਾਢੀ ਹੈ। ਬੰਦਾ ਕਿਸੇ ਟਾਈਮ ਬਾਦਸ਼ਾਹ ਹੁੰਦਾ ਅਤੇ ਕਿਸੇ ਟਾਈਮ ਗਦਾ ਹੁੰਦਾ ਹੈ, ਇਹ ਨਾ ਹੋਵੇ ਕਿ ਦਿਹਾੜੇ ਤੁਹਾਨੂੰ ਦੇਣੇ ਆਵੇ ਅਤੇ ਤੁਹਾਡੀ ਬਰਦਾਸ਼ਤ ਵੀ ਬਾਹਰ ਹੋਣੇ, ਕਿਉਂਕਿ ਮੇਰੇ ਰੱਬ ਦਾ ਨਿਜ਼ਾਮ ਹੈ, ਅਰੂਜ ਹੈ ਤਾਂ ਜ਼ਵਾਲ ਹੈ, ਇਨਸਾਨ ਪੈਦਾ ਹੋਇਆ ਤਾਂ ਉਸ ਮਰਨਾ ਹੈ। ਕੁਝ ਨਾ ਕੁਝ ਖੌਫ ਖੁਦਾ ਕਰੋ, ਖੌਫ ਖੁਦਾ ਕਰੋ, ਇਹ ਨਾ ਹੋਵੇ ਕਿ ਦੀ ਕਿਆਮਤ ਨੂੰ, ਕਿਆਮਤ ਚਲੋ ਆਸੀ ਤਾਂ ਪਈ ਆਸੀ, ਉਹ ਸਾਰਾ ਉਸ ਚੀਜ਼ ਉੱਤੇ ਇਮਾਨ ਕਿ ਆਉਣੀ ਹੈ, ਲੇਕਿਨ ਇਹ ਹਿਸਾਬ ਤੁਸੀਂ ਕਬਰ ਜੀ ਕੋ ਨਹੀਂ ਦੇ ਸਕਣਾ, ਕਿਉਂਕਿ ਗਰੀਬ ਦੇ ਬਾਹਰ ਜ਼ਮੀਨ 'ਤੇ ਸਮੇਂ ਅਤੇ ਤੁਹਾਡੇ ਕੁੱਤੇ ਪਲੰਘਾਂ 'ਤੇ ਸਮੇਂ, ਇਹ ਕਾਨੂੰਨ ਸਾਧੂ ਤਾਂ ਨਹੀਂ ਤੁਹਾਡਾ ਬਰਦਾਸ਼ਤ ਹੁੰਦਾ। ਆਵਾਮ ਨਾਲ ਇਤਨਾ ਜ਼ੁਲਮ ਨਾ ਕਰੋ, ਆਵਾਮ ਦੇ ਬਾਰੇ ਕੁਝ ਸੋਚੋ, ਕੁਝ ਨਾ ਕੁਝ ਨਾ ਰਿਲੀਫ ਦਿਓ, ਕਿਉਂਕਿ ਤੁਹਾਨੂੰ ਮੁਲਕ ਤਾਂ ਸਾਰਾ ਲੁੱਟ ਕੇ ਕੁਝ ਦੁਬਈ ਵਾਂਝ ਬਣਾਇਆ ਹੈ, ਕੁਝ ਯੂਰਪ ਵਾਂਝ ਬਣਾਇਆ, ਜਿਹੜੇ ਅਫੀਸਰ ਹਨ ਜਿਹਨਾਂ ਦੀਆਂ ਮੌਜ ਮਸਤੀਆਂ ਇੱਥੇ ਵੀ ਹਨ ਅਤੇ ਵੱਧ, ਉਹ ਵੀ ਉੱਥੇ ਮੌਜ ਮਸਤੀਆਂ ਕਰੇ, ਅਸਾਂ ਵੀ ਉਸੇ ਖੁਦਾ ਦੀ ਮਖਲੂਕ ਹਾਂ ਜਿਸ ਤੁਹਾਨੂੰ ਪੈਦਾ ਕੀਤਾ ਹੈ। ਇਹ ਨਾ ਕਰੋ, ਅੱਲਾ ਦੇ ਖੌਫ ਤੋਂ ਡਰੋ ਔਰ ਕੁਝ ਨਾ ਕੁਝ ਆਵਾਮ ਦਾ ਖਿਆਲ ਕਰੋ, ਕਿ ਆਵਾਮ ਤਾਂ ਜਿਹੜੀ ਚੱਕੀ 'ਚ ਪਿਸਦੀ ਪਈ ਹੈ ਨਾ ਜੀ, ਹੁਣ ਨਹੀਂ ਕਿਆਮਤ ਨੂੰ ਤੁਸਾਂ ਕੋਈ ਹਿਸਾਬ ਨਹੀਂ ਭਰੀ ਹੋਣਾ, ਕਿਉਂਕਿ ਆਵਾਮ ਦੇ ਤਾਂ ਹੁਣ ਚਿਕਾਟੇ ਨਿਕਲੇ ਪੈਣ, ਜਿਹੜਾ ਤਾਂ ਲੋਕ ਬਿਜਲੀ ਦੇ ਬਿੱਲ ਭਰੇ, ਹੁਣ ਜਿਸ ਬੰਦੇ ਦੀ 800 ਰੁਪਈਆ ਦਿਹਾੜੀ ਹੈ ਤੂੰ ਤਾਂ 15 ਹਜ਼ਾਰ ਬਿੱਲ ਆਇਆ ਪਾਓ, ਬਿੱਲ ਕਿੱਥੋਂ ਦੇਵੇ, ਆਪਣੇ ਬੱਚਿਆਂ ਨੂੰ ਟੁੱਕਰ ਕਿੱਥੋਂ ਖਵਾਵੇ। ਅੱਗੇ ਤੁਸੀਂ ਜ਼ਮੀਨਦਾਰ ਨੂੰ ਮੁੰਝ ਕਰ ਸੱਟੇ, ਜ਼ਮੀਨਦਾਰ ਬੰਦਾ ਰੂੰਦਾ ਨਾ, ਉਹਦੀ ਖਾਦ ਪੂਰੀ ਹੈ ਨਾ ਡੀਜ਼ਲ ਪੂਰਾ ਹੈ, ਹੱਥੋਂ ਕਾਸ਼ ਪਾ ਕੇ ਇਸ ਟਾਈਮ ਉਹ ਹੱਥ ਖਲੇ ਕੀਤੀ ਪਏ, ਮੈਨੂੰ ਨਹੀਂ ਲੱਗਦਾ ਕਿ ਅਗਲੀ ਦਫ਼ਾ ਉਹ ਗੰਦਮ ਕਾਸ਼ਤ ਕਰੇ ਸੀ। ਖੁਦਾ ਦਾ ਖੌਫ ਕਰੋ, ਅੱਲਾ ਨੇ ਸੋਨੇ ਦੀ ਚਿੜੀ ਤੁਹਾਡੇ ਹੱਥ ਦਿੱਤੀ ਆਈ, ਇਸ ਮੁਲਕ ਦੇ ਨਾਲ ਦਾ ਪੂਰੀ ਦੁਨੀਆ 'ਤੇ ਮੁਲਕ ਉਹ ਨਹੀਂ ਅੱਲਾ ਤਾਲਾ ਬਣਾਇਆ, ਬਸ ਕਲਮੇ ਦੇ ਨਾਂ 'ਤੇ ਬਣੇ। ਅੱਲਾ ਤਾਲਾ ਤੁਹਾਨੂੰ ਹਜ਼ਾਰਾਂ ਹਾਂ ਨਿਮਤਾਂ ਦਿੱਤੀਆਂ, ਲੇਕਿਨ ਉਹਦਾ ਸ਼ੁਕਰ ਅਦਾ ਨਹੀਂ ਕਰੀਏ ਪਏ, ਤੁਸਾਂ ਨਾ ਸ਼ੁਕਰੇ ਲੋਕ ਹੋ,
और तमाम देखने वाले और चाहने वाले जितने लोग हो इस वीडियो को लाजमन शेयर करो और कमेंट सैक्शन दसना है सारी अगर कोई गल गलत है कि किसी बंद दिल आजारी हुई है अस उस बंद को माफ़ी मंगसा है क्योंकि गरीब आवाम रोजाना पिटीदी अस रोजाना यह गल करेंगे अल्लाह का वास्ता ने यार सारी वीडियो बनाओ इस वास्ते वीडियो अगर तुम शेयर ना करे सो देख सो नहीं हुकूमत तीन वीडियो नहीं अपनी क्योंकि तुसा एक सेकेंड की वीडियो रिठी उस बाद स्किप कर छोड़ी इन काम नहीं चलता आवाम आवाम की आवाज़ बन सी इस वीडियो की आवाज़ बन सी वीडियो शेयर की सी कमेंट सैक्शन तले दसो सन दसैसो क्या वीडियो अच्छी है अगर अच्छी लगी तो जरूर शेयर करो तमाम देखने वाले और चाहने वाले सारी तरफों मोहब्बत भरे सलाम।